हेलो, हाँ जी संधु साहब, सत श्री अकाल। सत श्री अकाल जी। मैं बदेशा बोलदा न्यू जर्सी तो, ते तुहाडा प्रोग्राम बन रहा सी हाँ जी, हाँ जी, हाँ जी भाई जान, दसो की कहना ते चाहते जी। तुहाडा जिहड़ा ये तुसीं अज दा इशू लिआंदा हैगा NRI नूं वोट ई वोटिंग वास्ते, हाँ जी इहदे विच ठीक आ। चलो जिहड़े इंडियन NRI इंडियन पासपोर्ट और बाहरले कंट्री च आपां रहिंदे आ, ठीक आ, उहनां नूं वोट दा अधिकार होवे तां चंगी गल हैगी आ। ਬਈ ਉਹ ਵੀ ਆਪਣੀ ਗੌਰਮੈਂਟ ਚੋਣ ਦੇ ਵਿੱਚ, ਕਿਉਂਕਿ ਉਹਨਾਂ ਦਾ ਪਰਿਵਾਰ ਉੱਥੇ ਹੁੰਦਾ ਜਾਂ ਉਹਨਾਂ ਦਾ ਕਾਫੀ ਹਲੇ ਸਿਸਟਮ ਉੱਥੇ ਇੰਡੀਆ ਦੇ ਵਿੱਚ ਹੀ ਹੁੰਦਾ, ਪ੍ਰਾਪਰਟੀ ਵਗੈਰਾ ਹੋਰ। ਜੀ ਚਲੋ ਜਿਹੜੇ ਸਿਟੀਜ਼ਨ ਬਣ ਗਏ ਉਹ ਵੱਖਰੀ ਗੱਲ ਹੈਗੀ ਆ। ਜੀ ਬਈ ਇਹਦੇ ਵਿੱਚ ਪਰ ਫਰਾਡ ਦੇ ਚਾਂਸ ਜ਼ਿਆਦਾ ਨਹੀਂ ਹੋਣਗੇ, ਕਿਉਂਕਿ ਇੰਡੀਆ ਦੇ ਮੈਨੂੰ ਵਿੱਚ ਤਾਂ ਤੁਹਾਡੀ ਜਿਹੜਾ ਗੱਲ ਸੁਣ ਨਹੀਂ ਰਹੀ ਇਲੈਕਸ਼ਨ, ਜੀ, ਇੱਕ ਵਾਰੀ ਦੁਬਾਰਾ ਦੱਸਿਓ ਜ਼ਰਾ ਕੀ ਕਹਿਣਾ ਚਾਹੁੰਦੇ ਜੇ। ਬਈ ਜਿਹੜਾ ਮਤਲਬ ਸਿਸਟਮ ਹੈਗਾ ਇੰਡੀਆ ਦਾ, ਇਲੈਕਸ਼ਨ ਦਾ ਸਿਸਟਮ ਆ, ਉਹਦੇ ਵਿੱਚ ਤਾਂ ਪਹਿਲਾਂ ਹੀ ਕਾਫੀ ਮਤਲਬ ਆਰੋਪ ਲੱਗਦੇ ਰਹੇ ਨੇ ਵੀ ਫਰਾਡ ਹੁੰਦਾ, ਤੇ ਜਦੋਂ ਈ ਆਪਣੇ ਵੋਟਿੰਗ ਦਾ ਹੋਵੇਗਾ ਫੋਰਨਰ ਵਾਸਤੇ, ਤਾਂ ਉਹਦੇ ਵਿੱਚ ਫਰਾਡ ਦੇ ਜ਼ਿਆਦਾ ਨਹੀਂ ਹੋਣਗੇ ਚਾਂਸਸ। ਇਹ ਵੈਸੇ ਬੜਾ ਚੰਗਾ ਕੁਐਸਚਨ ਤੁਸੀਂ ਵਿਦੇਸ਼ਾਂ ਜੀ ਚੁੱਕਿਆ ਵਾ। ਇਹਦੇ ਵਿੱਚ ਮੇਰੇ ਖਿਆਲ ਹਾਂਜੀ ਇਲੈਕਸ਼ਨ ਕਮਿਸ਼ਨ ਨੂੰ ਜਿਹੜੇ ਇੰਡੀਅਨ ਕੌਂਸੂਲੇਟਸ ਆ, ਇੰਡੀਅਨ ਮਿਸ਼ਨਸ ਆ, ਉਹਨਾਂ ਦੇ ਵਿੱਚ ਵੀ ਸ਼ਾਇਦ ਹਾਂਜੀ ਕੋਈ ਨਾ ਕੋਈ ਇੱਕ ਅੱਧਾ ਬੰਦਾ ਨੋਮੀਨੇਟ ਕਰਨਾ ਪਊ, ਕੋਈ ਨੁਮਾਇੰਦਾ ਆਪਣਾ ਰੱਖਣਾ ਪਊਗਾ, ਕਿਉਂਕਿ ਜਿਹੜੇ ਇੰਡੀਅਨ ਮਿਸ਼ਨਸ ਆ, ਇੰਡੀਅਨ ਕੌਂਸੂਲੇਟਸ ਆ, ਉਹ ਭਾਰਤ ਸਰਕਾਰ ਦੇ ਥੱਲੇ ਕੰਮ ਕਰਦੇ ਆ। ਭਾਰਤ ਸਰਕਾਰ ਜਿਹੜੀ ਆ ਉਸ ਵੇਲੇ ਕਿਸੇ ਨਾ ਕਿਸੇ ਪਾਰਟੀ ਦੀ ਹੋਊਗੀ। ਸੋ ਬਿਲਕੁਲ ਠੀਕ ਕਿਉਂਕਿ ਆ। ਜੇ ਬੰਦਾ ਈਮੇਲ ਆਏਗੀ, ਹੁਣ ਈਮੇਲਾਂ ਦਾ ਤੁਹਾਨੂੰ ਪਤਾ ਕੰਪਿਊਟਰ ਵੀ ਹੈਕ ਹੋ ਜਾਂਦੇ ਨੇ, ਬਹੁਤ ਕੁਝ ਹੋ ਜਾਂਦਾ। ਇਹ ਤਾਂ ਖੈਰ ਮੇਰੇ ਖਿਆਲ ਹੁਣ ਦੂਜੇ ਮੁਲਕ ਵੀ ਜਿਹੜੇ ਆ ਉੱਥੇ ਵੀ ਸਿਸਟਮ ਇਹ ਹੈ ਹੀ ਆ, ਉੱਥੇ ਵੀ ਹੁੰਦਾ ਹੀ ਹੋਊਗਾ। ਸੋ ਇਹ ਤਾਂ ਰਿਸਕ ਲੈਣਾ ਪਊਗਾ, ਇਹ ਤਾਂ ਰਿਸਕ ਲੈਣਾ ਪਊਗਾ, ਪਰ ਮੇਰੇ ਖਿਆਲ ਆ ਵਿਦੇਸ਼ਾ ਜੀ ਇਹ ਬਹੁਤ ਚੰਗਾ ਕਦਮ ਹੈ। ਐਟਲੀਸਟ ਇਹਦੇ 'ਚ ਜੇ ਕੋਈ ਇਹਦੇ 'ਚ ਲੂਪ ਹੋਲ ਨਿਕਲੂਗਾ ਤਾਂ ਉਹ ਲੂਪ ਹੋਲ ਵੀ ਪਲੱਗ ਹੋ ਸਕਦਾ ਵਾ।